ਜਿੰਨੇ ਤੱਕਿਆ ਉਹ ਫੈਜ਼ੇ ਆਲਮ ਨੂੰ ਹੈ, ਉਹਨੂੰ ਰੱਬ ਦੀ ਦੀਦ ਹੋ ਜਾਵੇਗੀ। ਤੁਮ ਤੁਮੀਆਂ ਨੇ ਤੁਮ ਤੁਮੀਆਂ ਨੇ ਚਾਰ ਚੁਫੇਰੇ, ਤੁਮ ਤੁਮੀਆਂ ਨੇ ਚਾਰ ਚੁਫੇਰੇ, ਸਰਕਾਰ ਦਾ ਲੱਖਾਂ ਨੂੰ ਅੱਜ ਜਾਵਾਂ।
ਸਾਰੀਆਂ ਸੰਗਤਾਂ ਦੇ ਵਿੱਚ ਦੱਸਾਂਗੇ। ਸੋ ਮੈਂ ਫੇਸਬੁੱਕ ਰੂਪ ਜਾਂਦੇ ਸਾਡੇ ਵਿਜੇ ਸੁਨਣਾ ਜੀ ਜਿਹੜੀ ਕਵਰਿੰਗ ਕਰਨਗੇ ਵਿਜੇ ਸਟੂਡੀਓ। ਸੋ ਉਹਨਾਂ ਦੀ ਸਾਰੀ ਟੀਮ ਨੂੰ ਸਨੀ ਸਾਊਂਡ ਸਰਵਿਸ ਸਾਡੇ ਦਰਜੇ ਵੀਰ ਕਿਉਂਕਿ ਕਿੰਨੇ ਕੁ ਹੁੰਦੇ ਅੱਲਾਹ ਦੇ ਪਿਆਰੇ ਜੀਨ ਨਾਮ ਦੇ ਸਹਾਰੇ ਬਿਨਾਂ ਇਹਨਾਂ ਤੋਂ ਖੁਦਾ ਨਾਲ ਮੁਲਾਕਾਤ ਨਹੀਂ ਹੁੰਦੀ ਕਿ ਲੋਕੋ ਫਕਰਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ ਕਿਉਂਕਿ ਫਕਰਾਂ ਦੇ ਚਰਨ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਦਾ ਹੈ। ਔਰ ਕਿ ਤੇਰੇ ਦਰ 'ਤੇ ਜੋ ਆਨਾ ਮੇਰਾ ਕੰਮ ਤਾਂ ਮੇਰੀ ਵਿਗਰੀ ਬਣਾਉਣਾ ਤੇਰਾ ਕੰਮ ਹੈ ਗਹਿਰੇ ਉਲਫਤ ਮੇ ਕਸਤੀ ਬਹਾ ਮੈਨੇ ਦੀ ਉਸੇ ਪਾਰ ਲਗਾਉਣਾ ਤੇਰਾ ਕੰਮ ਹੈ ਕਿ ਜੇ ਮੈਂ ਦੇਖਾਂ ਅਮਲਾ ਬੱਲੇ ਕੁਝ ਨਹੀਂ ਮੇਰੇ ਪੱਲੇ ਜੇ ਦੇਖਾਂ ਦਾਤਾ ਤੇਰੀ ਰਹਿਮਤ ਬੱਲੇ ਤੇ ਬੱਲੇ 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 ਕਿਉਂਕਿ ਸਾਰੀ ਸੰਗਤ ਸਾਡੇ ਹਜ਼ਰਤ ਵੀ ਬਾਬਾ ਭੋਲੇ ਸ਼ਾਹ ਦਰਬਾਰ ਦੇ ਮਰੀਦ ਜਸਵੀਰ ਦਾ ਸਾਹਿਬ ਜੀ ਉਹਦੇ ਚਰਨ ਨੂੰ ਪਿਆਰ ਕਰਦੇ ਨੇ। ਕਹਿੰਦੇ ਕਿ ਚੰਗੀਆਂ ਦੇ ਲੜ ਲੱਗ ਕੇ ਮਾੜੇ ਦਰਜਾਂ ਦੇ ਮਿਹਰ ਕਰੇ ਜੇ ਮੁਰਸ਼ਿਦ ਤਾਂ ਪੱਲੇ ਪੜ ਜਾਂਦੇ ਕਿਉਂਕਿ ਇਹਨਾਂ ਸਰਕਾਰ ਦੇ ਆਸ਼ੀਰਵਾਦ ਨਾਲ ਆਪਾਂ ਸਾਰੀਆਂ ਸੰਗਤਾਂ ਅੱਜ ਬੜੀ ਪਿਆਰੀ ਹਾਜ਼ਰੀ ਇੱਕ ਪਿਆਰੀ ਮਹਿਫਲ ਦੇ ਵਿੱਚ ਬੈਠਣਾ ਹੈ। ਆਪਾਂ ਬੜੇ ਪਿਆਰ ਨਾਲ ਤੁਸੀਂ ਸਾਰੀਆਂ ਸੰਗਤਾਂ ਨੇ ਸਹਿਯੋਗ ਦਿਆ ਸਾਡੇ ਬਲਿਹਾਰੀ ਭਾਜੀ ਮੈਂ ਉਹਨਾਂ ਨੂੰ ਵੀ ਮੁਬਾਰਕ ਵਾਦਾ ਜੀ ਬਲਿਹਾਰੀ ਬੈਡਿੰਗ ਵਰਕ ਸਾਡੇ ਪਿਆਰ ਜੀ ਔਰ ਪਿੰਡ ਮਾਸ਼ੀਆ ਤੋਂ ਸਾਡੇ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਬੜਾ ਪਿਆਰ ਪਹੁੰਚੇ। ਭੋਲੇ ਸ਼ਾਹ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ। ਅੱਜ ਜਿਹੜਾ ਦਰਬਾਰ ਹਜ਼ਰਤ ਪੀਰ ਬਾਬਾ ਭੋਲੇ ਸ਼ਾਹ ਸਾਵਰ ਪਾਕ ਦਾਤਾ ਜੀ ਦੇ ਦਰਬਾਰ ਦੇ ਉੱਤੇ ਸਲਾਨਾ ਹੱਟ ਦੌੜ ਮੇਲਾ ਸਾਈਂ ਜਸਵੀਰ ਦਾਸ ਸਾਵਰੀ ਜੀ ਉਹਨਾਂ ਦੇ ਪੀਰ ਮੁਰਸ਼ਦ ਪੀਰ ਬਾਬਾ ਯੂਸਫ ਅਲੀ ਜੀ ਕਲੀਆ ਸ਼ਰੀਫ ਵਾਲਿਆਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਕਰਵਾਇਆ ਗਿਆ। ਉਸ ਉੱਤੇ ਸੰਗਤਾਂ ਨੇ ਲੰਗਰਾਂ ਵਾਸਤੇ ਦਾਨ ਕੀਤੇ ਆ। ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਗੁਰਪ੍ਰੀਤ ਸਿੰਘ ਸਨ ਆਫ ਸ਼੍ਰੀ ਬਲਵੰਤ ਰਾਮ ਜੀ ਨਾਗਰਾ 1000 ਰੁਪਇਆ, ਕੇਸਰ ਸਿੰਘ ਸਨ ਆਫ ਸ਼੍ਰੀ ਸਾਧੂ ਰਾਮ ਸੁਨਿਆਰਾ ਨਵਾਂਸ਼ਹਿਰ ਤੋਂ 1100 ਰੁਪਏ, ਸਤਵਿੰਦਰ ਸਿੰਘ ਸਨ ਆਫ ਸ਼੍ਰੀ ਸਤਨਾਮ ਸਿੰਘ 3100 ਰੁਪਏ ਰਾਏਪੁਰ ਡੱਬੇ ਤੋਂ, ਅਮਿਤ ਅਨਵੀਰ ਸਨ ਆਫ ਸ਼੍ਰੀ ਸੁਰਿੰਦਰਪਾਲ ਖਟਕੜ ਖੁਰ ਤੋਂ 1000 ਰੁਪਏ, ਬਲਜਿੰਦਰ ਕੌਰ ਬਾਈ ਬਾਪ ਜਸਵਿੰਦਰ ਸੋਨੂ ਬਟਾਲਾ ਸ਼੍ਰੀ ਹੁਸਨ ਲਾਲ ਦੀ ਲੜਕੀ ਇੰਗਲੈਂਡ ਤੋਂ 20 ਪੌਂਡ, ਮਨੀਤ ਚੋਪੜਾ ਸਨ ਆਫ ਸ਼੍ਰੀ ਸਰਾਧੂ ਰਾਮ ਚੋਪੜਾ ਲਖਪੁਰ ਤੋਂ 1000 ਰੁਪਇਆ, ਬੋਟਾ ਰਾਮ ਸਨ ਆਫ ਸ਼੍ਰੀ ਗਰੀਬਦਾਸ ਜੌਣੇਵਾਲ ਤੋਂ 1000 ਰੁਪਏ, ਕੁਲਵਿੰਦਰ ਕੌਰ ਬਿਸਲਾ ਬਿਸਲਿਆਂ ਤੋਂ 400 ਰੁਪਏ, ਸੰਦੀਪ ਰਾਏ ਸਨ ਆਫ ਨਰੇਸ਼ ਕੁਮਾਰ ਰਾਏ ਬੰਗਾ ਲੁਧਿਆਣਾ ਤੋਂ 5000 ਜੀ, ਪਵਨ ਕੁਮਾਰ ਸਨ ਆਫ ਸ਼੍ਰੀ ਸੁਰਜੀਤ ਰਾਮ ਲੁਧਿਆਣਾ ਤੋਂ 1100 ਰੁਪਏ, ਸਤਨਾਮ ਸਿੰਘ ਸਨ ਆਫ ਸ਼੍ਰੀ ਨਿਰਮਲ ਸਿੰਘ ਖਟਕੜ ਕਲਾਂ 1100 ਰੁਪਏ, ਦੀਪਾ ਸਨ ਆਫ ਹਰਮੇਸ਼ ਚੱਕ ਹੁਸੈਨ ਚੱਕ ਤੋਂ 500 ਰੁਪਏ, ਬਲਵੀਰ ਸਿੰਘ ਸਨ ਆਫ ਸ਼੍ਰੀ ਗੁੱਜਰ ਸਿੰਘ ਗੜੀ ਉਦੋਵਾਲ ਤੋਂ 1300 ਰੁਪਏ, ਅਮਨਦੀਪ ਕੌਰ ਜੈਨ ਜ਼ਿਲ੍ਹਾ ਹੁਸ਼ਿਆਰਪੁਰ 1100 ਰੁਪਏ, ਜਸਵਿੰਦਰ ਕੌਰ ਮਾਜਰਾ ਜੱਟਾਂ 500 ਰੁਪਏ। ਹਰਦੀਪ ਸਿੰਘ ਸਹੋਤਾ ਸਨ ਆਫ ਸ਼੍ਰੀ ਬਲਿਹਾਰ ਸਿੰਘ ਸਹੋਤਾ ਮਸਾਣੀ ਕੈਨੇਡਾ 10000 ਰੁਪਏ, ਮਨਦੀਪ ਕੌਰ ਵਾਈਫ ਆਫ ਸ਼੍ਰੀ ਭੁਪਿੰਦਰ ਸਿੰਘ ਕੈਨੇਡਾ ਸਹਾਰਨਪੁਰ ਤੋਂ 10000 ਰੁਪਏ, ਪਰਮਜੀਤ ਕੌਰ ਵਾਈਫ ਆਫ ਅਨਮੋਲਕ ਸਿੰਘ ਮਸਾਣੀ ਯੂਕੇ 2100 ਰੁਪਏ, ਜੋਗਾ ਸਿੰਘ ਸਨ ਆਫ ਗੁਰਪਾਲ ਸਿੰਘ ਬਾਰੀਆ ਖਾਨਖਾਨਾ ਤੋਂ 1000 ਰੁਪਏ, ਮਨਿੰਦਰ ਸਿੰਘ ਸ਼ੋਕਰ ਸਨ ਆਫ ਸ਼ਿੰਗਾਰਾ ਸਿੰਘ ਸ਼ੋਕਰ ਪਿੰਡ ਗੋਟਾ ਤੋਂ ਚਾਹ ਪਕੌੜੇ ਲੰਗਰਾਂ ਵਾਸਤੇ 15000 ਰੁਪਏ,
ਜੈ ਧੰਦਰ ਬਾਬਾ ਯੂਸਫ ਵਾਲੀ ਸਰਕਾਰ ਦੀ ਇੱਕ ਵਾਰੀ ਖੁੱਲ ਕੇ ਤਾੜੀ ਮੇਰੇ ਸਰਕਾਰਾਂ ਨਾ ਦੇ ਜਿਹੜੀ ਸਾਨੂੰ ਸਰਕਾਰਾਂ ਨੂੰ ਪਿਆ ਕਰਦੀ ਹੈ। ਹਾਂਜੀ, ਹੁਣ ਤੁਹਾਡੇ ਸਾਹਮਣੇ ਨਕਲਾਂ ਦਾ ਪ੍ਰੋਗਰਾਮ ਬਿਲਕੁਲ ਸ਼ੁਰੂ ਹੈ। ਸਭ ਤੋਂ ਪਹਿਲਾਂ ਆਸ਼ਾ ਤੋਂ ਫਾਸ਼ਾ ਤਿਆ ਕੇ ਘੁੰਗਰੂ ਪਾ ਕੇ ਸਰਕਾਰਾਂ ਦੀਆਂ ਮਾਨਣਾ ਨੱਚ ਕੇ ਦਾਦੇ ਦੀ ਹਾਜ਼ਰੀ ਲਾਉਣਗੀਆਂ। ਉਸ ਤੋਂ ਬਾਅਦ ਦਾਦੇ ਦਾ ਸਿਹਰਾ ਪੇਸ਼ ਕਰਾਂਗੇ, ਫਿਰ ਚਿੱਤਰ ਹਾਸਾ ਦਾ ਬਹਾਰ ਨਕਲਾਂ ਦੇ ਨਾਲ ਤੁਹਾਨੂੰ ਭਰਪੂਰ ਕਰਾਂਗੇ। ਸਾਰਿਆਂ ਤੋਂ ਪਹਿਲਾਂ ਹਜ਼ੂਰ ਦੀਆਂ ਮਾਨਣਾ ਆਸ਼ਾ ਤੋਂ ਫਾਸ਼ਾ ਤਿਆ ਕੇ ਖਵਾਜਾ ਜਿੰਦਾ ਵੀ ਸਰਕਾਰ ਦੀਆਂ ਮਾਨਣਾ ਘੁੰਗਰੂ ਪਾ ਕੇ ਦਾਦੇ ਨੱਚ ਕੇ ਹਾਜ਼ਰੀ ਲਾਉਣਗੀਆਂ। ਇੱਕ ਵਾਰੀ ਹਜ਼ੂਰ ਦੀਆਂ ਮਾਨਣਾ ਦੇ ਖੁੱਲ੍ਹ ਕੇ ਤਾੜੀ ਹੋ ਜਾਵੇ ਸਹੀ ਸੰਗਤ ਵੱਲੋਂ। ਸਾਰਿਆਂ ਦੇ ਵੱਲੋਂ ਇਸ ਰਾਜਵੀਰ ਜੀ ਘੁੰਗਰੂ ਪਾ ਕੇ ਦਾਦੇ ਨੱਚ ਕੇ ਹਾਜ਼ਰੀ ਭਰਨਗੇ। ਹਾਂਜੀ, ਮਿਸ ਰਾਜਵੀਰ ਜੀ ਬੋਲੀਆਂ ਭਰਦੇ।
ਮੇਰੇ ਖੁੱਲ ਕੇ ਤਾੜੀ ਗੁਰਮੇ ਮੇਰੀ ਸਰਕਾਰ ਦੇ ਨਾਂ ਤੇ ਧੰਨ ਬਾਬਾ ਜਸਵੀਰ ਦਾਸ ਜੀ, ਇਹਨਾਂ ਦਾ ਤੇ ਵੀ ਖੁੱਲ ਕੇ ਤਾੜੀ ਹੋਣੀ ਚਾਹੀਦੀ ਆ। ਔਰ ਜਿੰਨੇ ਵੀ ਫਕੀਰ ਇਸ ਡੇਰੇ ਵਿੱਚ ਬਿਰਾਜਮਾਨ ਨੇ, ਇੱਕ ਵਾਰੀ ਖੁੱਲ ਕੇ ਤਾੜੀ ਨੀ ਤਾਰਾ ਮਾਰੋ ਸਾਰੀ ਸੰਗਤ ਇਹਨਾਂ ਦੇ ਨਾਲ। ਹਾਂਜੀ ਸਾਹ ਸੰਗਤ ਜੀ, ਤੁਹਾਡੇ ਸਾਹਮਣੇ ਹੁਣ ਨਕਲਾਂ ਦਾ ਪ੍ਰੋਗਰਾਮ ਸ਼ੁਰੂ ਹੈ। ਔਰ ਸਾਰਿਆਂ ਤੋਂ ਪਹਿਲਾਂ ਮੇਰੀ ਪੂਰੀ ਪਾਰਟੀ ਵੱਲੋਂ ਇੱਕੋ ਹੀ ਬੇਨਤੀ ਕੀਤੀ ਜਾਂਦੀ ਹੈ, ਕਬੂਲ ਕਰਨਾ ਸਾਰੀ ਸੰਗਤ ਅੱਗੇ ਇਹੀ ਬੇਨਤੀ ਆ। ਸਾਰੇ ਗੁਰੂ ਵਾਲੇ ਬੈਠੇ ਆ ਔਰ ਗੁਰੂ ਵਾਲੇ ਬਣ ਕੇ ਦਿਖਾਉਣਾ ਵੀ ਆਪਾਂ ਜੇ ਐਡੇ ਵੱਡੇ ਸਥਾਨ ਤੇ ਆਏ ਆ ਔਰ ਆਪਣੀ ਸੱਚੀ ਸ਼ਰਧਾ ਦੇ ਨਾਲ ਜਾਂ ਵਿਸ਼ਵਾਸ ਦੇ ਨਾਲ ਆਏ ਆ, ਤਾਂ ਹੀ ਤੁਹਾਡੀ ਮਨੋਕਾਮਨਾ ਪੂਰੀ ਹੋਵੇਗੀ ਜੇ ਤੁਸੀਂ ਸੱਚੀ ਸ਼ਰਧਾ ਦੇ ਨਾਲ ਇਸ ਧਾਰਮਿਕ ਸਥਾਨ ਤੇ ਬੈਠੋਗੇ ਔਰ ਸੱਚੇ ਮਨੋਂ ਕੁਛ ਵੀ ਮੰਨ ਕੇ ਜਾਓਗੇ ਉਹ ਤੁਹਾਨੂੰ ਸਤਿਗੁਰ ਦੇਣਗੇ। ਔਰ ਨਕਲਾਂ ਸ਼ੁਰੂ ਹੋ ਜਾਣੀਆਂ ਆ, ਨਕਲਾਂ ਦੇ ਵਿੱਚ ਬੇਲਾਂ ਵੀ ਕਰਵਾਈਆਂ ਜਾਂਦੀਆਂ ਆ। ਔਰ ਸਾਰਿਆਂ ਦੀ ਇਹੀ ਬੇਨਤੀ ਆ ਕਿ ਬੇਲਾਂ ਜ਼ਰੂਰ ਕਰਵਾਉਣੀਆਂ। ਬੇਲ ਇਸ ਕਰਕੇ ਕਰਵਾਈ ਜਾਂਦੀ ਆ, ਆਪਣੀ ਸੁੱਖ ਸ਼ਾਂਤੀ ਵਾਸਤੇ ਬੇਲ ਕਰਵਾਈ ਜਾਂਦੀ ਆ ਕਿ ਮੇਰੇ ਘਰ ਦੀ ਬੇਲ ਹਮੇਸ਼ਾ ਹਰੀ ਭਰੀ ਰਵੇ, ਕਦੇ ਸੁੰਘੇ ਨਾ ਇਹ ਪਰਮਾਤਮਾ। ਮੈਂ 10 ਰੁਪਏ ਆਪਣੀ ਪੂੰਜੀ ਜੋ ਕੁਛ ਵੀ ਬੇਲ ਕਰਵਾਉਣਾ ਆ ਜਾਂ ਇਹ ਦਰਗਾਹ ਤੇ ਮੈਂ ਦਾਨ ਦਿੰਦਾ ਆ, ਇਹ ਦਾਨ ਮੇਰਾ ਬੇਅਰਥ ਨਾ ਜਾਵੇ। ਔਰ ਇਸ ਜਿੰਨੀ ਵੀ ਤੁਸੀਂ ਬੇਲਾਂ ਕਰਵਾਉਣੀਆਂ ਆ ਤੁਹਾਡੀਆਂ ਇਹ ਬੇਲਾਂ ਬੇਅਰਥ ਨਹੀਂ ਜਾਣੀਆਂ ਚਾਹੀਦੀਆਂ, ਕਿਉਂਕਿ ਕਈ ਸ਼ਿਸ਼ੋਰ ਪੰਨ ਦੇ ਵਿੱਚ ਗਲਤ ਬੇਲਾਂ ਕਰਵਾਉਣੀਆਂ ਸ਼ੁਰੂ ਕਰ ਦਿੰਦੇ ਆ, ਕਈ ਮੇਲਿਆਂ ਦੇ ਵਿੱਚ ਅਸੀਂ ਦੇਖਿਆ ਆ, ਔਰ ਉਹਦਾ ਗਲਤ ਹੀ ਅਸਰ ਪੈਂਦਾ ਆ। ਜਿਹੋ ਜਿਹੀ ਬੇਲ ਕਰਾਉਣੀ ਆ ਉਹੋ ਜਿਹੇ ਅਸਰ ਦਾਤਿਆਂ ਨੇ ਪਾਉਣਾ ਆ। ਜੇ ਆਪਣੀ ਸੁੱਖ ਸ਼ਾਂਤੀ ਵਾਸਤੇ ਬੇਲ ਕਰਾਓਗੇ ਤੇ ਪ੍ਰਮਾਤਮਾ ਤੁਹਾਡੇ ਮਨ ਨੂੰ ਸ਼ਾਂਤੀ ਦੇਵੇ, ਤੁਹਾਡੇ ਬੱਚਿਆਂ ਨੂੰ ਸ਼ਾਂਤੀ ਦੇਵੇਗਾ। ਔਰ ਇਹੋ ਜਿਹੀ ਬੇਲ ਨਾ ਕਰਵਾ ਬੈਠਿਓ ਜਿਹਦੇ ਕਰਕੇ ਤੁਹਾਡੀ ਘਰ ਦੀ ਬੇਲ ਸੁੱਕਣੀ ਸ਼ੁਰੂ ਹੋ ਜਾਵੇ, ਕਦੀ ਹਰੀ ਭਰੀ ਹੋਵੇ ਹੀ ਨਾ। ਇਹ ਜੋ ਪਹਿਰਾਵਾ ਆ, ਇਹ ਬੁੱਲੇ ਸ਼ਾਹ ਸਰਕਾਰ ਦਾ ਰੂਪ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੋਏ ਹਾਂ, ਫਕੀਰਾਂ ਦੇ ਪੈਰਾਂ ਦੇ ਘੁੰਗਰੂ ਬਣ ਕੇ ਅਸੀਂ ਹਾਜ਼ਰ ਹੋਏ ਹਾਂ। ਔਰ ਇਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਔਰ ਬੜੇ ਹੀ ਪਿਆਰ ਦੇ ਨਾਲ ਨਕਲਾਂ ਦਾ ਪ੍ਰੋਗਰਾਮ ਦੇਖਿਆ ਜਾਵੇ। ਔਰ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਨੇ ਵੀ ਕਿਸੇ ਦੇ ਸ਼ਾਨ ਦੇ ਖਿਲਾਫ਼ ਕੋਈ ਗਲਤ ਬੇਲ ਨਹੀਂ ਕਰਾਉਣੀ ਔਰ ਮੇਲੇ ਦੇ ਮਾਹੌਲ ਨੂੰ ਖਰਾਬ ਨਹੀਂ ਕਰਨਾ, ਆਪਾਂ ਬਣਾ ਕੇ ਰੱਖਣਾ ਆ ਜਿੰਨੇ ਵੀ ਡੇਰੇ ਦੇ ਵਿੱਚ ਬਰਾਜਮਾਨ ਸੰਗਤ ਵਾ, ਕਿਉਂਕਿ ਪਰਮਾਤਮਾ ਦਾ ਸਾਰੇ ਦੇ ਮੇਲ ਭਰਿਆ ਹੱਥ ਵਾ। ਇੱਕ ਵਾਰੀ ਜਿਹੜਾ ਜਿਹੜਾ ਗੁਰੂ ਵਾਲਾ ਖੁੱਲ ਕੇ ਤਾੜੀ ਮਾਰੋ, ਕਿਹੜਾ ਕਿਹੜਾ ਗੁਰੂ ਵਾਲਾ ਹੈ। ਹਾਂਜੀ ਹੁਣ ਤੁਹਾਡੇ ਸਾਹਮਣੇ ਸਭ ਤੋਂ ਪਹਿਲੀ ਰਸਮ ਨਕਲਾਂ ਦੇ ਵਿੱਚ ਦਾਦਿਆਂ ਦਾ ਸਿਹਰਾ ਗਾਇਆ ਜਾਂਦਾ ਆ। ਸਭ ਤੋਂ ਪਹਿਲਾਂ ਅਸੀਂ ਦਾਦਿਆਂ ਦਾ ਸਿਹਰਾ ਗਾਵਾਂਗੇ, ਉਸ ਤੋਂ ਬਾਅਦ ਦੂਸਰੀ ਰਸਮ ਦਾਦਿਆਂ ਦੀ ਕਵਾਲੀ ਪੇਸ਼ ਕਰਾਂਗੇ, ਫਿਰ ਚਿੱਤਰ ਹਾਸਾ ਦਾ ਬਹਾਰ ਨਕਲਾਂ ਵੀ ਤੁਹਾਨੂੰ ਸੁਣਾਵਾਂਗੇ। ਸਾਰੇ ਤੋਂ ਪਹਿਲਾਂ ਅਸੀਂ ਹਜ਼ੂਰ ਦੇ ਮੱਥੇ ਦੇ ਸਿਹਰਾ ਸਜਾਵਾਂਗੇ। ਇੱਕ ਵਾਰੀ ਮੇਰੇ ਦਾਦਾ ਦੇ ਸੋਹਣੇ ਜਿਹੇ ਮੱਥੇ ਦੇ ਸਿਹਰਾ ਸਜਾਉਣ ਵਾਸਤੇ ਜਾ ਰਹੇ ਹਾਂ। ਖੁੱਲ ਕੇ ਤਾੜੀ ਹੋ ਜਾਵੇ ਪੂਰੀ ਸੰਗਤ ਵੱਲੋਂ, ਵਾਲੀਆਂ ਵਧਾਏ ਦਾ। ਆਉਂਦੀਆਂ ਨਸੀਬਾਂ ਨਾਲ ਹਾਏ ਕਰੀਆਂ, ਕਿਉਂਕਿ ਨਸੀਬ ਤੋਂ ਬਿਨਾਂ ਕੁਛ ਨਹੀਂ ਮਿਲਦਾ। ਜੇ ਸਾਡੀਆਂ ਨਸੀਬ ਅੱਛੇ ਆ, ਭਾਗ ਅੱਛੇ ਆ, ਅਸੀਂ ਇਸੇ ਕਰਕੇ ਇਸ ਧਾਰਮਿਕ ਸਥਾਨ ਤੇ ਬੈਠੇ ਆ, ਕਿਉਂਕਿ ਪਰਮਾਤਮਾ ਨੇ ਸਾਡੇ ਬਹੁਤ ਹੀ ਭਾਗ ਅੱਛੇ ਆ ਜਿਹੜੇ ਅਸੀਂ ਐਡੇ ਵੱਡੇ ਸਥਾਨ ਤੇ ਬੈਠੇ ਆ। ਆਉਂਦੀਆਂ ਨਸੀਬਾਂ ਨਾਲ ਹਾਏ ਕਰੀਆਂ,
ਸ਼ੁਕਰੀਆ ਤਾੜੀ ਮਾਰ ਕੇ ਹਾਜ਼ਰੀ ਲਾਓ ਜੇ ਸਰਕਾਰ ਤੋਂ ਕੁਛ ਲੈਣ ਆਏ ਆ ਸਹਾਰਾ ਤੇਰੀ ਬੰਦਗੀ ਦਾ ਸਹਾਰਾ
ਵਧੀਆ ਹੈ।